ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਵਿਜੀਲੈਂਸ ਦੀ। ਕੁਲਦੀਪ ਵੈਦ, ਗੁਰਪ੍ਰੀਤ ਕਾਂਗੜ ਤੇ ਸਤਕਾਰ ਕੌਰ ਗਹਿਰੀ, ਤਿੰਨਾਂ ਤੇ ਕਹਿੰਦੇ ਹੁਣ ਵਿਜੀਲੈਂਸ ਨੇ ਸ਼ਿਕੰਜਾ ਕੱਸ ਦਿੱਤਾ। ਬਿਲਕੁਲ ਜੀ, ਪੰਜਾਬ ਦੇ ਅੰਦਰ ਵਿਜੀਲੈਂਸ ਵਿਜੀਲੈਂਸ ਹੋਈ ਪਈ ਆ। ਜਿੰਨੀ ਭਗਵੰਤ ਮਾਨ ਦੀਆਂ ਚਰਚਾਵਾਂ ਆਉਂਦੀਆਂ ਉਨੀ ਵਿਜੀਲੈਂਸ ਦੀਆਂ ਆਉਂਦੀਆਂ ਬਰਾਬਰ। ਸੋ ਇਹ ਨੀ ਪਤਾ ਹੁਣ ਵਿਜੀਲੈਂਸ ਪਹਿਲਾਂ ਫੈਸਲਾ ਕਰਦੀ ਆ ਫਿਰ ਭਗਵੰਤ ਮਾਨ ਦੱਸਦੀ ਜਾਂ ਭਗਵੰਤ ਮਾਨ ਜੀ ਦੇ ਹੁਕਮਾਂ ਤੇ, ਕਿਉਂਕਿ ਜਿਵੇਂ ਭਗਵੰਤ ਮਾਨ ਜੀ ਕਹਿੰਦੇ ਮੈਂ ਕਿਹਾ ਸੀਗਾ ਕਿ ਮੂੰਹ ਨੇਰੇ ਚੱਕ ਲਿਓ ਸਾਧੂ ਨੂੰ, ਹੈ ਜਾਂ ਚੰਨੀ ਦੀ ਗੱਲ ਉਹ ਅੰਦਰ ਦੱਸ ਗਏ ਸੀਗੇ, ਉਹ ਤੋਂ ਬਾਅਦ ਦੂਏ ਦੇ ਲੁੱਕਆਊਟ ਨੋਟਸ ਦੀ ਚਰਚਾ ਆ ਗਈ। ਸੋ ਜਿਵੇਂ ਉਹ ਵਿਧਾਨ ਸਭਾ ਵਿੱਚ ਉਹਨਾਂ ਨੇ ਚੰਨੀ ਦਾ ਨਾਂ ਲਿਆ, ਸ਼ਾਇਦ ਉਸ ਸਮੇਂ ਕਿਸੇ ਦਾ ਧਿਆਨ ਹੀ ਨਹੀਂ ਗਿਆ ਇਸ ਗੱਲ ਪਰ। ਖੂਨ ਲਾ ਕੇ ਸ਼ਹੀਦ ਬਣ ਨੂੰ ਫਿਰਦੇ ਆ, ਉਹਨੂੰ ਪਤਾ ਸੀਗਾ ਜੇ ਚਲਾ ਜਾਂਦਾ ਤਾਂ ਏਅਰਪੋਰਟ ਤੇ ਗ੍ਰਿਫਤਾਰੀ ਹੋ ਜਾਣੀ ਸੀ। ਸੋ ਇਸ ਲਈ, ਪਰ ਇਹਦੇ ਵਿੱਚ ਕੋਈ ਦੋ ਰਾਏ ਨੀਗਾ ਕਿ ਵਿਜੀਲੈਂਸ ਲਗਾਤਾਰ ਅਕਾਲੀ ਲੀਡਰਾਂ ਤੇ, ਲਗਾਤਾਰ ਕਾਂਗਰਸੀ ਲੀਡਰਾਂ ਤੇ, ਅੱਜ ਕੱਲ੍ਹ ਕਾਂਗਰਸੀਆਂ ਚੋਂ ਗਏ ਬੀਜੇਪੀ ਵਾਲੇ ਲੀਡਰਾਂ ਤੇ ਵੀ ਰਡਾਰ ਤੇ ਹੈਗੇ ਨੇ ਉਹ ਸਾਰੇ ਲੀਡਰ, ਕਿਉਂਕਿ ਆਪਾਂ ਕੈਪਟਨ ਅਮਰਿੰਦਰ ਸਿੰਘ ਦੀ ਲਗਾਤਾਰ ਗੱਲ ਕਰ ਰਹੇ ਹਾਂ। ਪਰ ਆ ਗੁਰਪ੍ਰੀਤ ਕਾਂਗੜ, ਇਹ ਤਾਂ ਕਾਂਗਰਸ ਚੋਂ ਨਿਕਲ ਕੇ ਹੁਣ ਭਾਜਪਾ ਹੋ ਗਏ ਨੇ, ਤਾਂ ਵੀ ਉਹਨਾਂ ਦੀ ਪੜਚੋਲ ਸ਼ੁਰੂ ਹੋ ਗਈ, ਉਹਨਾਂ ਦੀ ਪੜਤਾਲ ਸ਼ੁਰੂ ਹੋ ਗਈ ਹੈ, ਉਹਨਾਂ ਨੂੰ ਮਤਲਬ ਨੋਟਿਸ ਜਾਰੀ ਹੋ ਗਿਆ ਹੈ ਨਾ। ਇਸੇ ਤਰ੍ਹਾਂ ਸਤਕਾਰ ਕੌਰ MLA ਰਹੀ ਆ ਤੇ ਉਹਨੂੰ ਵੀ ਸੰਮਨ ਜਾਰੀ ਕਰਤੇ ਨੇ ਵਿਜੀਲੈਂਸ ਨੇ, ਜਦੋਂ ਕਿ ਜਿਹੜੇ ਕੁਲਦੀਪ ਸਿੰਘ ਵੈਦ ਨੇ ਉਹਨਾਂ ਤਾਂ ਬਕਾਇਦਾ ਮਤਲਬ ਕਿ ਛਾਪੇਮਾਰੀ ਹੋ ਗਈ ਘਰੇ। ਕੁਲਦੀਪ ਸਿੰਘ ਵੈਦ ਚੇਅਰਮੈਨ ਰਹੇ ਨੇ ਕੈਪਟਨ ਸਰਕਾਰ ਸਮੇਂ। ਕੁਲਦੀਪ ਸਿੰਘ ਵੈਦ ਚਰਨਜੀਤ ਚੰਨੀ ਦੇ ਖਾਸਮ ਖਾਸ ਮੰਨੇ ਜਾਂਦੇ ਰਹੇ ਨੇ, ਔਰ ਇਸ ਲਈ ਇਹ ਸਾਰੀ ਧਰਪਕੜ ਹੋਣ ਦੀ ਸੰਭਾਵਨਾ ਵੱਧ ਗਈ ਹੈ, ਜਦੋਂ ਕਿ ਪਹਿਲਾਂ ਹੀ ਕਿੰਨੇ ਹੀ ਵਿਜੀਲੈਂਸ ਦੇ ਹਵਾਲੇ ਨਾਲ, ਚਾਹੇ ਸਾਧੂ ਸਿੰਘ ਧਰਮਸੋਤ ਆਇਆ, ਚਾਹੇ ਸੁੰਦਰ ਸ਼ਾਮ ਅਰੋੜਾ ਆਇਆ, ਚਾਹੇ ਉਹ ਗਿੱਲ ਜੀ ਆ, ਚਾਹੇ ਭਾਰਤ ਭੂਸ਼ਣ ਆਸ਼ੂ ਹੈ, ਹੈ ਨਾ, ਉਹਨਾਂ ਦੀ ਲਿਸਟ ਲੰਬੀ ਹੈ ਤੇ ਹੁਣ ਆਹ ਨਵੀਂ ਕਤਾਰ ਵੱਧਦੀ ਜਾ ਰਹੀ ਹੈ। ਕੱਲ ਨੂੰ ਚਹਿਲ ਤੋਂ ਪੁੱਛਗਿੱਛ ਹੋਣੀ ਹੈ ਪਰਤਿੰਦਰ ਚਹਿਲ ਤੋਂ, ਕੱਲ ਨੂੰ ਪੁੱਛਗਿੱਛ ਹੋ ਜਾਣੀ ਹੈ ਜੇ ਕੱਲ ਨੂੰ ਉਹ ਪੇਸ਼ ਹੁੰਦੇ ਨੇ। ਸੋ ਇਸ ਲਈ ਵਿਜੀਲੈਂਸ ਨੇ ਆਪਣਾ ਪੂਰਾ ਸਿਕੰਜਾ ਕੱਸ ਲਿਆ ਜੀ, ਔਰ ਚਰਚੇ ਨੇ ਕਿ ਵੈਦ, ਕਾਂਗੜ ਤੇ ਸਤਕਾਰ ਕੌਰ, ਤਾਂ ਸਤਕਾਰ ਕੌਰ ਇਹ ਤੋਂ ਇਲਾਵਾ ਕੈਪਟਨ ਅਮਰਿੰਦਰ ਦੇ ਖਾਸਮ ਖਾਸ ਰਹੇ ਢਿੱਲੋਂ ਹੋਰੀ ਜਿਹੜੇ ਕੁਸ਼ਲਦੀਪ ਸਿੰਘ ਢਿੱਲੋਂ, ਕਿੱਕੀ ਢਿੱਲੋਂ, ਉਹਨਾਂ ਦੀ ਵੀ ਚਰਚਾ, ਕਹਿੰਦੇ ਕਿ ਉਹਨਾਂ ਦੇ ਵੀ ਸਿਕੰਜਾ ਕੱਸਿਆ ਜਾ ਸਕਦਾ। ਸੋ ਇਸ ਲਈ ਜੀ ਇਹ ਵਿਜੀਲੈਂਸ ਆਪਣੀ ਕਾਰਵਾਈ ਕਰ ਰਹੀ ਹੈ, CBI ED ਉਹ ਪੰਜਾਬ ਆਉਣ ਨੂੰ ਫਿਰਦੀ, ਉਹ ਕਹਿੰਦੀ ਅਸੀਂ ਆਪ ਵਾਲੇ ਦਾ ਸਿਕੰਜਾ ਕੱਸਣਾ। ਸੋ ਇੱਧਰ ਇਹ ਕਹਿੰਦੇ ਕਿ ਨਹੀਂ ਅਸੀਂ ਪਹਿਲਾਂ ਪੁਰਾਣਿਆਂ ਤੋਂ ਹਿਸਾਬ ਲੈਣਾ, ਤੇ ਅਗਲੇ ਕਹਿੰਦੇ ਤੁਹਾਡੇ ਨਵਿਆਂ ਦੇ ਹਿਸਾਬ ਤੋਂ ਸਾਨੂੰ ਦੇ ਦਿਓ, ਤੁਹਾਡੇ ਨਵਿਆਂ ਦੇ ਮਾਮਲੇ ਖਾਸੇ ਵਧੀ ਜਾਂਦੇ ਨੇ, ਕਦੇ ਕਿਤੇ ਪੇਪਰ ਲੀਕ ਹੋ ਗਿਆ, ਹੈ ਕਿਤੇ ਕੋਈ ਤੁਹਾਡੇ ਨੁਮਾਇੰਦੇ, ਕੋਈ ਯੂਥ ਦਾ ਲੀਡਰ ਹੈ, ਕੋਈ ਪਾਰਟੀ ਦਾ ਲੀਡਰ ਹੈ, ਉਹ ਪੈਸੇ ਲੈਂਦੇ, ਉਹਦੇ ਹੱਥਾਂ 'ਚ ਗੱਡੀਆਂ ਫੜਾਉਂਦੀਆਂ, ਫੋਟੋ ਆਈ ਜਾਂਦੀਆਂ, ਹੈ ਨਾ, ਕਿਤੇ ਕੋਈ ਕਹਿੰਦਾ 15 ਲੱਖ ਚੱਕੀ ਫਿਰਦੇ ਸੀ, ਵਾਧੂ ਉਮਰ ਵਾਲੀ ਨੌਕਰੀ ਲਵਾਤੀ, ਕਿਤੇ PA ਨਾਲ ਗੱਲਬਾਤ ਕਰ ਰਿਹਾ ਕੋਈ, ਕੋਈ PA ਨਾਲ ਪੈਸੇ ਲੈਂਦਾ ਫੜਿਆ ਗਿਆ, ਕੋਈ 1% ਕਮਿਸ਼ਨ ਕਰ ਰਹੀ, ਚਰਚਾ ਆ ਗਈਆਂ। ਸੋ ਕਹਿੰਦੇ ਜਿਹੜੀ ਆਹ ਲਿਸਟ ਲੰਬੀ ਹੋ ਜਾਂਦੀ ਹੈ, ਇਹਦੇ ਪਰ ਵਿਜੀਲੈਂਸ ਕਦੋਂ ਕਾਰਵਾਈ ਸ਼ੁਰੂ ਕਰੂਗੀ ਜੀ, ਉਹ ਭੁੱਲ ਜਾਂਦੇ ਨੇ ਫਿਰ। ਸੋ ਇਸ ਲਈ ਕੋਈ ਗੱਲ ਨੀ, ਦੂਏ ਕਹਿੰਦੇ ਕੋਈ ਨਾ, ਕੱਲ ਨੂੰ ਕਿਸੇ TA ਦੀ ਵਾਰੀ ਆਜੂਗੀ, ਫਿਰ ਉਹਨਾਂ ਦਾ ਵਾਰੀ ਫਰੋਲੂਗਾ। ਸੋ ਇਹ ਜਦੋਂ ਇਸੇ ਫਰੋਲਾ ਫਰੋਲੀ ਚ ਰਹਿਣਾ, ਫਿਰ ਕੰਮ ਕਦੋਂ ਹੋਣਾ ਜੀ? ਇਸ ਵਾਰ ਦਾ ਬਜਟ ਸੈਸ਼ਨ ਇੱਕ ਲਾਫਟਰ ਸ਼ੋਅ ਜ਼ਿਆਦਾ ਨਜ਼ਰ ਆਉਂਦਾ, ਪੰਜਾਬ ਦੇ ਮੁੱਦਿਆਂ ਤੇ ਚਰਚਾ ਘੱਟ ਹੁੰਦੀ ਨਜ਼ਰ ਆਉਂਦੀ ਜੀ।